ਥੱਲੇ ਫੜ ਕੇ ਜਾਈ, ਫੜ ਕੇ ਹਿਲਦਾ ਪੱਤਰ ਹਿਲਦਾ ਆ। ਗੁਆਰੀਕੁੰਡ ਰਹਿ ਗਿਆ ਸਰ ਇੱਥੋਂ 4.5 ਕਿਲੋਮੀਟਰ ਦੂਰ। ਬਾਕੀ ਆ ਦੇਖੋ ਪਹਿਲਾਂ ਪਾ ਦਿੱਤੇ ਇਹਨੂੰ ਚੌਲ, ਫਿਰ ਉਹਦੇ ਨਾਲ ਲੱਗੀ ਜਾਂਦੇ ਪਿੱਛੋਂ ਸਮਾਨ ਡੱਗਿਆ ਵਿਚਾਰੇ ਘੋੜੇ ਤੋਂ। ਥੱਲੇ ਥੱਲੇ ਦੇਖੇ, ਥੱਲੇ ਦੇਖੇ ਅਸੀਂ ਕਿਵੇਂ ਜਾਣਾ ਦੇਖੀ। ਧੁੱਪ ਸਿਖਰ ਤੇ ਆ ਤੇ ਭਗਤ ਜਾਨ ਆਈ ਜਾਂਦੇ ਆ। ਜਾ ਬੋਲੇ ਕੀ ਦੇਖੋ ਜਿਹਨਾਂ ਟਰੈਕਾਂ ਨਾਲ ਆਰਾਮ ਨਾਲ ਕਰੀ ਜਾਂਦੇ, ਪਿਆਰ ਦੀ ਗੱਲ ਆ ਉਹ ਪਰਮਾਤਮਾ ਨਾਲ ਸਾਰੇ ਆਈ ਜਾਂਦੇ ਆ। ਟਰੈਕ ਦੇਖੋ ਕਿੰਨਾ ਔਖਾ, ਉਹ ਨਹੀਂ ਦੇਖਦੇ ਅਸੀਂ ਠੀਕ ਨਹੀਂ ਜਾਂ ਕੁਛ ਨਹੀਂ। ਦੰਸ਼ੋ ਰਹਿ ਗਿਆ ਇੱਥੋਂ 3 ਕਿਲੋਮੀਟਰ ਸਾਰਾ। ਬੈਕ ਸਾਈਡ ਦਾ ਵਿਊ ਦੇਖੋ, ਜੰਨਤ ਆ ਜੰਨਤ। ਬਾਕੀ ਅਸੀਂ ਹੌਲੀ ਹੌਲੀ ਜਾਈ ਜਾਂਦੇ ਹਾਂ ਅਤੇ ਬੰਟੀ ਅਤੇ ਸਾਈ ਲੱਗੇ ਚੱਲ ਗਏ ਆ, ਕਿਉਂਕਿ ਪਿੱਛੇ ਫੋਨ ਕਰਦੇ ਸੀ ਤਾਂ ਕਰਕੇ ਲੇਟ ਹੋ ਗਿਆ। ਜ਼ਿਆਦਾ ਦੂਰ ਨਹੀਂ, ਆਹੋ ਜ਼ਿਆਦਾ ਦੂਰ ਨਹੀਂ, ਨੇੜੇ ਹੀ ਆ। ਉੱਦਾਂ ਪਿੱਛੇ ਸ਼ਿਕਾਰੀ ਨਾਲ ਨਾਲ ਆਉਣ ਲੱਗ ਪਿਆ ਆਪਣੇ। ਓਏ ਓਏ ਨਾਲ ਨਾਲ ਚੱਲਣ ਲੱਗ ਪਿਆ ਆਪਣੇ। ਪਾਣੀ ਕਿੰਨੀ ਸਪੀਡ ਨਾਲ ਆ ਰਿਹਾ ਪਿੱਛੋਂ, ਬਹੁਤ ਜ਼ਿਆਦਾ ਸਪੀਡ ਨਾਲ ਆ ਰਿਹਾ। ਬਾਕੀ ਉਹ ਅੱਗੇ ਜਾ ਕੇ ਮੈਂ ਤੁਹਾਨੂੰ ਦਿਖਾਉਂਦਾ ਆ ਪਾਣੀ ਦੀ ਸਪੀਡ, ਬਹੁਤ ਸਪੀਡ ਨਾਲ ਪਾਣੀ ਆ ਰਿਹਾ ਦੇਖੋ। ਬੰਟੀ ਹੁਣੀ ਉਹ ਉੱਪਰ ਆ ਖੜੇ, ਹੁਣੀ ਆਵਾਜ਼ ਮਾਰੀ ਸੀ ਕਹਿੰਦੇ ਉੱਪਰ ਆ ਗਏ, ਉੱਪਰੋਂ ਵੀ ਵਧੀਆ ਹੁੰਦਾ। ਮੈਂ ਕਿਹਾ ਚੱਲ ਪਹਿਲਾਂ ਪੌਲ ਕ੍ਰੋਸ ਕਰ ਲਈਏ, ਛੋਟਾ ਜਿਹਾ ਪੌਲ ਹੁਣ ਜਿਹਦਾ ਮੈਂ ਤੁਹਾਨੂੰ ਜੀ ਇੱਥੋਂ ਵੀ ਅੱਗੇ ਵਾਟਰ ਕ੍ਰੋਸਿੰਗ ਸਾਹਮਣੇ ਪੌਲ ਆ। ਆਹੀ ਪੱਥਰਾਂ ਮੇਰੇ ਖਿਆਲ ਇੱਥੋਂ ਵੀ ਚੜ੍ਹ ਕੇ ਜਾਣਾ ਪੈਣਾ ਸਾਨੂੰ। ਲੰਘ ਗਿਆ ਥੋੜ੍ਹਾ ਇਸਤੀ ਕੰਮ ਆ ਇੱਥੋਂ, ਬਾਕੀ ਠੀਕ ਆ। ਆਰਾਮ ਨਾਲ ਆਈ, ਥੱਲੇ ਥੱਲੇ ਦੇਖੇ, ਥੱਲੇ ਦੇਖੇ ਆਈ ਕਿਵੇਂ ਜਾਣਾ ਦੇਖੀ। ਡੋਗੀ ਵੀ ਆਪਣੇ ਨਾਲ ਨਾਲ ਆ ਰਹੇ ਆ। ਆ ਜਾਓ ਆ ਜਾਓ ਸ਼ੇਰੋ, ਆ ਜਾ ਆ ਜਾ ਆ ਜਾ, ਥੱਲੇ ਦੇਖਿਆ ਥੱਲੇ ਕੈਮਰੇ ਵਾਲ ਨਾ ਧਿਆਨ ਦੇ। ਉਹਦੇ ਵਾਸਤੇ ਰੁਕੀ ਜਾਂਦੇ। ਚਲੋ ਪਾਣੀ ਦੇਖੋ ਕਿੰਨੀ ਸਪੀਡ ਨਾਲ ਜਾ ਰਿਹਾ ਥੱਲੇ, ਕੋਲੇ ਵੀ ਕੱਚਾ ਹੀ ਆ ਦੇਖੋ। ਆ ਪੱਥਰ ਜਿਹਾ ਟਿਕਾਏ ਦੇ ਉੱਪਰ ਖੜੇ ਨੀ ਹੁਣ ਆਪਾਂ, ਇੱਥੇ ਵੀਡੀਓ ਬਣਾ ਲੈਣੀ ਆ। ਆਹ ਦੇਖੋ ਖੜਾ ਨਾਲਾ, ਖੜੇ ਨਾਲੇ ਦਾ ਪੌਲ ਆ ਇਹ। ਚਲੋ ਵੀਡੀਓ ਬਣਾ ਲਈ, ਹੁਣ ਪੌਲ ਤੋਂ ਕਾਹਲੀ ਕਾਹਲੀ ਨਿਕਲੇ, ਕਿਉਂਕਿ ਇਹ ਪੌਲ ਵੈਸੇ ਕੱਚਾ ਹੀ ਰੱਖਿਆ ਆ। ਪੱਥਰ ਵੀ ਇੱਥੇ ਹਲਕੇ ਹਲਕੇ ਜਿਹਾ, ਬੱਲੀਆਂ ਦੇ ਉੱਤੇ ਭਾਰੀਆਂ ਆ ਪਰ ਪੱਥਰ ਮਜ਼ਬੂਤੀ ਨਹੀਂ ਹੈਗੀ। ਆਹ ਦੇਖੋ ਹਲਕਾ ਹਲਕਾ ਜਿਹਾ ਰੱਖਿਆ, ਮਾੜੇ ਪੱਥਰੇਲੇ ਪੌਲ ਥੱਲੇ ਮਜ਼ਬੂਤੀ ਨਹੀਂ, ਥੋੜ੍ਹਾ ਇਹਨਾਂ ਨੂੰ ਪ੍ਰਸ਼ਾਸਨ ਨੂੰ ਬੱਲੀਆਂ ਵੱਡੀਆਂ ਰੱਖਣੀਆਂ ਚਾਹੀਦੀਆਂ, ਪਾਣੀ ਦੇ ਬਹਾਨਾ ਥੱਲੇ ਜਾ ਸਕਦਾ ਇੱਥੋਂ। ਹਾਂਜੀ ਹਾਂ ਠੀਕ ਆ, ਇਹ ਨਾਲ ਚੱਲੇ ਆਪਣੇ, ਦੇਖਦੇ ਹਾਂ ਕਿੱਥੇ ਤੱਕ ਜਾਂਦੇ ਅਤੇ ਫਿਰ ਇਹਨਾਂ ਨੂੰ ਕੁਛ ਨਾ ਕੁਛ ਆਪਾਂ ਉੱਥੋਂ ਖਿਲਾਵਾਂਗੇ ਉੱਪਰ ਜਾ ਕੇ।
ਮਿੱਠੀ ਚੀਜ਼ ਨਹੀਂ ਖਵਾਉਣੀ, ਬਾਕੀ ਖਿਲਾ ਦਾਂਗੇ। ਬਸ ਆ ਪਹਾੜ ਚੜ੍ਹ ਗਏ ਉੱਤੇ ਤੇ ਬੰਟੀ ਉਹਨਾਂ ਨੂੰ ਮਿਲਦੇ ਥੱਲੇ ਵਾਟਰ ਕਰੋਸਿੰਗ ਆ। ਦੇਖੋ ਬੈਕ ਸਾਈਡ ਤੇ ਤੁਸੀਂ ਪਾਣੀ ਦੇਖ ਸਕਦੇ ਕਿੰਨਾ ਤੇਜ਼ ਵਹਾਅ ਉਹਦਾ। ਬਾਕੀ ਜਿਹੜਾ ਪੁਲ ਆ ਉਹਦੇ ਸਾਹਮਣੇ ਉੱਧਰ, ਇੱਕ ਵਾਰੀ ਇੱਕ ਬੰਦਾ ਜਾਵੇ ਤਾਂ ਵਧੀਆ, ਇੱਕ ਵਾਸਤੇ ਵੀ ਬਹੁਤ ਰਿਸਕੀ ਕੰਮ ਆ। ਬਾਕੀ ਪੱਥਰੀ ਪੱਥਰ ਇੱਥੇ ਪਾਣੀ ਬਹੁਤ ਤੇਜ਼ ਆ ਰਿਹਾ ਆ। ਆਹ ਦੇਖੋ ਬੈਕ ਸਾਈਡ ਤੇ ਉਹ ਉੱਪਰੋਂ ਆ ਰਿਹਾ ਆ। ਬਾਕੀ ਪਿੱਛੇ ਹਰਿਆਲੀ ਆ ਪੂਰੀ, ਬੰਟੀ ਹੋਣੀ ਆ ਸਾਡੇ ਨੇੜੇ ਹੀ ਆ, ਬਸ ਉੱਪਰ ਜਾ ਕੇ ਦੇਖਦੇ ਹਾਂ ਗੇਟ ਕਰਦੇ ਹੈਗੇ ਚੱਲ ਗਿਆ ਆ। ਦਰਸ਼ਨ ਕਰਾਂ, ਸਾਥ ਮੇਂ ਕੌਣ ਹੈ? ਦਾਦਾ? ਅੱਛਾ ਜੀ, ਦਾਦਾ ਜੀ ਆਪਕੇ? ਅੱਛਾ, ਕਰਕੇ ਆ ਗਏ ਹੋ ਨਾ ਆਪ? ਠੀਕ ਹੈ, ਪਾਪਾ ਨੀਚੇ ਜਾ ਰਹੇ ਹੈ। ਠੀਕ ਹੈ, ਦਰਸ਼ਨ ਅੱਛੇ ਹੋਏ? ਚਲੋ ਬੜੀਆ। ਜਾ ਬੋਲੇ ਕੀ ਦਰਸ਼ਨ ਕੈਸੇ ਅੰਕਲ? ਅੱਛੇ। ਭੀੜ ਕਿਤਨੀ ਹੈ? ਭੀੜ ਨਹੀਂ ਹੈ ਜ਼ਿਆਦਾ, ਹੈ ਨਹੀਂ ਹੈ। ਠੀਕ ਹੈ, ਅੱਛੀ ਤਰ੍ਹਾਂ ਦਰਸ਼ਨ ਹੋ ਜਾਤੇ ਹੈਂ? ਬਹੁਤ ਬੜੀਆ, ਚਲੋ ਬੜੀਆ। ਜੈ ਬੋਲੇ ਕੀ? ਜੈ ਬੋਲੇ ਕੀ? ਕੈਸੇ ਬੜੀਆ ਦਰਸ਼ਨ ਹੋ ਗਏ? ਹਾਂਜੀ, ਕੈਸੇ ਪਹੁੰਚੇ ਹਮ? ਹਾਂਜੀ, ਵੈਸੇ ਭੋਲੇ ਬਾਬਾ ਕੇ ਦਰਸ਼ਨ ਹੋ ਗਏ। ਹਾਂ, ਔਰ ਬਹੁਤ ਆਨੰਦ ਆਇਆ। ਕੱਲ ਗਏ ਥੇ, ਅਬ ਨੀਚੇ ਉਤਰ ਰਹੇ, 2 ਕਿਲੋਮੀਟਰ ਰਹਿ ਗਿਆ ਹੈ ਬਸ। ਬਹੁਤ ਯਹਾਂ ਕਾ ਬਹੁਤ ਅੱਛਾ ਅੱਛਾ ਜੋ ਯਹਾਂ ਕੇ ਲੋਕ ਕਾ ਵਿਵਹਾਰ ਹੈ। ਹਾਂਜੀ, ਜੋ ਠਹਿਰਨੇ ਕਾ ਖਾਣੇ ਪੀਣੇ ਕਾ ਬਹੁਤ ਅੱਛਾ ਪ੍ਰਬੰਧ ਕੀਆ ਨਾ? ਅੱਛਾ, ਬਹੁਤ ਅੱਛਾ। 59 ਨੰਬਰ ਹੋਲੇ ਜਾ ਰਹੇ, 59 ਹਿਮਾਚਲ ਪ੍ਰਦੇਸ਼ ਡਿਸਟ੍ਰਿਕਟ ਹਮੀਰਪੁਰ ਦਾ ਹੋਣ ਰਹਿਣ ਵਾਲਾ। ਹਾਂਜੀ, ਆਰਾਮ ਸੇ ਗਏ? ਆਰਾਮ ਸੇ ਆਏ, ਆਰਾਮ ਸੇ, ਕੋਈ ਦਿੱਕਤ ਨਹੀਂ ਆਈ? ਕੋਈ ਦਿੱਕਤ ਨਹੀਂ, ਹਾਂ, ਸਭ ਦਾ ਸਹਿਯੋਗ ਅੱਛਾ ਹੈ, ਸਹਿਯੋਗ ਅੱਛਾ ਹੈ, ਨਾਥ ਦਾ ਬਹੁਤ। ਹਾਂ, ਬਾਬਾ ਜੀ ਸਿਰ ਪੈ ਹੈ ਤਾਂ ਸਭ ਕੁਝ ਠੀਕ ਹੈ। ਜੈ ਬੋਲੇ ਕੀ? ਜੈ ਬੋਲੇ ਕੀ? ਦੇਖੋ ਦੇਸੀ ਫ੍ਰਿਜ ਹੈ ਜੀ, ਦੇਸੀ ਫ੍ਰਿਜ, ਦੇਸੀ ਫ੍ਰਿਜ ਹੈ ਜੀ। ਜੀ ਸਰ, ਠੰਡਾ ਪਾਣੀ? ਪਹਾੜਾਂ ਚ ਬਰਫ ਹੋਦੀ ਹੈ ਤੇ ਪਹਾੜਾਂ ਚ ਫ੍ਰਿਜ ਨਹੀਂ ਹੁੰਦੀ, ਆਹੀ ਫ੍ਰਿਜ ਹੀ ਹੈ ਇਹ, ਇਹਨਾਂ ਦੀ ਫ੍ਰਿਜ ਆ ਬਸ। ਚਿੰਡ ਪਾਣੀ ਆਂਦਾ, ਠੰਡਾ ਪਾਣੀ ਆ ਤੇ ਨਾਲ ਇੱਧਰ ਵੀ ਠੰਡਾ ਪਾਣੀ ਆ। ਲੈ ਜੀ, ਬੰਟੀ ਦੇ ਸਾਹਿਲ ਆਪਾਂ ਨੂੰ ਮਿਲ ਗਏ। ਲਓ ਜੀ, ਕਿਹੜੇ ਪਹੁੰਚੇ? ਸਾਨੂੰ ਹੋ ਗਏ ਇੱਥੇ 20-25 ਮਿੰਟ, ਮੈਨੂੰ ਤੁਹਾਡੀ ਵੀਡੀਓ ਘੰਟੇ ਤੋਂ ਉੱਤੇ ਹੋ ਗਿਆ ਘੰਟਾ। ਕਾਫੀ ਕਾਫੀ ਪੀ ਲਈ? ਕਦੋਂ ਤੋਂ ਕਾਫੀ? ਹੁਣ ਆਪਾਂ ਵੀ ਪੀਵਾਂਗੇ, ਪੀਏ 5 ਮਿੰਟ ਰੈਸਟ ਕਰਦੇ ਆ। ਹੱਥ ਬਣਾਉਣਾ ਕਾਫੀ ਭਾਈ? ਹੱਥ ਬਣਾਉਣਾ ਇਹਨੂੰ, ਚੱਲ ਆਪਾਂ ਕਾਫੀ ਪੀਣੀ ਅੱਜ, ਆਪਾਂ ਕਾਫੀ ਦਾ ਨਾਂ ਹੀ ਰੱਖ ਦੇਣਾ ਹੱਥ। ਬਾਕੀ ਬੈਠ ਕੇ ਜੇ ਕੁੱਕ ਹੈ ਖਾਣ ਨੂੰ ਕੀ ਅੱਧਾ ਇੱਥੇ? ਮੈਗੀ? ਨਹੀਂ ਯਾਰ, ਮੈਗੀ ਨਹੀਂ ਖਾਣੀ, ਹੋਰ ਕੁਛ ਨਹੀਂ, ਬਾਕੀ ਆਹੀ ਆ ਸਮਾਨ। ਚਲੋ ਦੇਖਦੇ ਆ, ਪਹਿਲਾਂ ਰੈਸਟ ਕਰੀਏ 5 ਮਿੰਟ। ਚਾਹ ਦੇ ਨਾਲ ਆ ਗਿਆ ਫੈਨ, ਫੈਨ ਪੱਕਾ, ਭੈਣ ਭੈਣ ਪੱਕਾ, ਭੈਣ ਪੱਕਾ, ਪਾਟਾ ਪੈਟੀ, ਪੈਟੀ ਦੀ ਛੋਟੀ ਭੈਣ ਫੈਨ। ਉਹ ਦੇਖੋ ਜਗਾੜ ਕਰਨ ਲੱਗੇ, ਕਿਉਂਕਿ ਸਾਡੀ ਆ ਪਾਵਰ ਬੈਂਕ ਐਂਬਰੇਨ ਦੀ ਜਿਹੜੀ ਸੀ ਪਤਾ ਨਹੀਂ ਆਪਣੇ ਅਪਡੇਟ ਹੋ ਗਈ ਪਈ ਪਈ, ਹੁਣ ਉੱਪਰ ਜਗਾੜ ਕਰਕੇ ਲਾਉਣ ਲੱਗੀਆਂ, ਦੇਖਦੇ ਹਾਂ ਚੱਲਦੀ ਜਾਂ ਨਹੀਂ ਚੱਲਦੀ। ਬੰਟੀ ਕਿਤੇ ਹੈ ਉਮੀਦ ਪੂਰੀ? ਬਸ ਦੇਖਦੇ ਹਾਂ ਫਿਰ, ਜੇ ਚੱਲ ਗਈ ਤਾਂ ਵਧੀਆ ਗੱਲ ਆ, ਉਦੋਂ ਤੱਕ ਆਪਾਂ ਪੱਕਾ ਖਾਈਏ। ਅਸੀਂ ਸਟਿੱਕਰ ਲਾਉਣ ਲੱਗੇ ਆਪਣਾ, ਲਾ ਦੇ ਇੱਥੇ ਪਲੇਟ 'ਤੇ ਪੱਕਾ ਹੀ ਲਾ ਦਿੱਤਾ, ਵੈਂਡਰ ਵਿਦ ਹੈਰੀ। ਬੂਟ ਪਾਲਿਸ਼ ਨੀ, ਬੂਟ ਪਾਈਏ। ਬੈਕ ਸਾਈਡ ਤੇ
ਪਾਣੀ ਆ ਰਿਹਾ ਗਲੇਸ਼ੀਅਰ ਦਾ ਫਰਕ ਆਉਂਦਾ ਜਿਹੜਾ ਬਹੁਤ ਸਪੀਡ ਨਾਲ ਆ ਰਿਹਾ ਆ ਤੇ ਤੁਹਾਨੂੰ ਮੈਂ ਅੱਗੇ ਦਿਖਾਉਂਦਾ ਦੇਖੋ ਉਹ ਜਿਹੜਾ ਪਾਣੀ ਆ ਰਿਹਾ ਦੇਖੋ ਨਾ ਇਹ ਸ਼ਿਵਕੁੰਡ ਤੋਂ ਆਉਂਦਾ ਕਹਿੰਦੇ ਉੱਪਰ ਮੈਂ ਤੁਹਾਨੂੰ ਕੋਲ ਜਾ ਕੇ ਦਿਖਾਉਂਦਾ ਆਹ ਪਾਣੀ ਕਹਿੰਦੇ ਸ਼ਿਵਕੁੰਡ ਤੋਂ ਆਉਂਦਾ ਉਹ ਬਾਈ ਹੁਣੀ ਦੱਸਦੇ ਸਾਹਮਣੇ ਦੁਕਾਨ ਵਾਲੇ ਆ ਕਹਿੰਦਾ ਜਿਹੜਾ ਇੱਥੋਂ ਸ਼ਿਵਕੁੰਡ ਬਣਿਆ ਨਾ ਉੱਥੋਂ ਹੀ ਪਾਣੀ ਆਉਂਦਾ ਇਹ ਨੈਚੁਰਲ ਵਾਟਰ ਆ ਇਹ ਅਸ਼ਗਾਂਟਰੂ ਆਪਣੇ ਨਾਲ ਹੀ ਆ ਓਏ ਜਿੱਧਰ ਜਿੱਧਰ ਜਾਂਦੇ ਆਪਣੇ ਨਾਲ ਹੀ ਜਾਂਦੇ ਆ ਤੇ ਆਹ ਮੈਂ ਪਾਨਾ ਜਿਹਾ ਕੱਢ ਲਿਆ ਸੀ ਨਾਲ ਲੈ ਕੇ ਆਇਆ ਸੀ ਕਿਉਂ ਗਰਮੀ ਆਉਂਦੀ ਤਾਂ ਫੇਸ ਪੂੰਜਣ ਨੂੰ ਠੀਕ ਆ ਤੇ ਉੱਦਾਂ ਵੀ ਹੁਣ ਥੋੜ੍ਹਾ ਜਿਹਾ ਮੌਸਮ ਖਰਾਬ ਹੋ ਰਿਹਾ ਆ ਤੇ ਥੋੜ੍ਹੀ ਠੰਡ ਵੀ ਪੈਣੀ ਮੈਂ ਚੱਲ ਮਾੜਾ ਮੋਟਾ ਲਪੇਟ ਲਾਂਗੇ ਆਲੇ ਦੁਆਲੇ ਠੀਕ ਨੇ ਕਿਉਂਕਿ ਜੈਕਟ ਆਪਾਂ ਕੱਢਣੀ ਨਹੀਂ ਕਿਉਂਕਿ ਜ਼ਿਆਦਾ ਹੈਵੀ ਹੋ ਜਾਣੀ ਉਹ ਜੈਕਟ ਆਪਣੀ ਬੈਗ ਵਿੱਚ ਹੀ ਆ ਚਲੋ ਹੁਣ ਨਾਲ ਨਾਲ ਟਰੈਕ ਕਰਦੇ ਹੌਲੀ ਹੌਲੀ ਇੱਥੋਂ ਘੱਟੋ ਘੱਟ 8-9 ਕਿਲੋਮੀਟਰ ਰਹਿ ਗਿਆ ਆ ਤੇ ਉਹ ਸਾਰੀ ਚੜ੍ਹਾਈ ਆ ਤਾਂ ਉਹਨੂੰ ਹੌਲੀ ਹੌਲੀ 4-5 ਘੰਟੇ ਲੱਗ ਜਾਣੇ ਚੜ੍ਹਦਿਆਂ ਨੂੰ ਸਾਨੂੰ ਬੰਟੀ ਵੀ ਇੱਥੇ ਹੀ ਆ ਤੇ ਗੌਰਵ ਵੀ ਇੱਥੇ ਹੀ ਆ ਤੇ ਸਾਹਿਲ ਹੌਲੀ ਹੌਲੀ ਉੱਪਰ ਚਲਾ ਗਿਆ ਕੁੱਚੀ 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 ਟਰੈਕ ਫਿਰ ਸਟਾਰਟ ਕਰ ਲਿਆ ਆਪਾਂ 10 ਮਿੰਟ ਰੈਸਟ ਕਰਕੇ ਕਿਉਂਕਿ ਜਦੋਂ ਆਪਾਂ 10 ਮਿੰਟ ਰੈਸਟ ਕਰਦੇ ਹਾਂ ਉਹਦੇ ਨਾਲ ਕੀ ਐਨਰਜੀ ਆਪਣੀ ਵਾਪਸ ਆ ਜਾਂਦੀ ਆ ਕਿਹੜੀ ਬੰਟੀ ਫੀਲਿੰਗ ਆਉਂਦੀ ਕਿਹੜੀ ਪੂਰੀ ਨਾਲੇ ਕੌਫੀ ਕੌਫੀ ਕੁਫੀ ਪੀ ਕੇ ਸੈਟਿੰਗ ਆ ਗਈ ਥੋੜ੍ਹੀ ਜਿਹੀ ਟਰੈਕ ਜ਼ਿਆਦਾ ਔਖਾ ਨਹੀਂ ਆ ਕਿਉਂਕਿ ਕਾਰਡੀਓ ਕਰਦੇ ਤਾਂ ਸਹੀ ਰਹਿੰਦਾ ਕਾਰਡੀਓ ਨਹੀਂ ਕੀਤੀ ਕਾਫੀ ਟਾਈਮ ਹੋ ਗਿਆ ਉਹਦੇ ਕਰਕੇ ਜਾ ਨਿਕਲ ਗਿਆ ਦੇਖੋ ਇਧਰੋਂ ਜੰਨਤ ਆ ਪਿੱਛੇ ਸਮਾਨ ਡੱਗਿਆ ਵਿਚਾਰੇ ਘੋੜੇ ਤੋਂ ਕੋਈ ਨੀ ਚੱਲ ਯਾਰ ਵੀਰ ਮੇਰਾ ਆਰਾਮ ਨਾਲ ਦੇਖੋ ਜਾ ਇਕੱਲੇ ਦੇ ਵਜਨਾ ਤਿੰਨਾਂ ਨੇ ਚੱਕਿਆ ਮਾਸੀ ਬਸ ਇਹੀ ਕਹਿ ਸਕਦੇ ਹਾਂ ਕਰਮਾਂ ਦਾ ਲੇਖਾ ਜੋਖਾ ਦੇਖੋ ਇੱਥੇ ਜੋ ਖੁਰ ਰੱਖਣੇ ਸਲੈਪੀ ਕਰਨੇ ਆ ਭਾਰ ਵੀ ਲੱਦਿਆ ਉੱਤੇ ਹਰ ਹਰ ਮਹਾਦੇਵ ਡੋਗੀ ਨਾਲ ਨਾਲ ਜਾ ਰਿਹਾ ਆਪਣੇ ਆ ਵੀਰ ਆਪਣੇ ਹੁਸ਼ਿਆਰਪੁਰ ਤੋਂ ਆ ਹੈਲੋ ਵੀਰੇ ਹੁਸ਼ਿਆਰਪੁਰ ਤੋਂ ਕਿੱਥੋਂ ਭਾਜੀ ਜਲਦੀ ਫੇਰ ਇਧਰ ਕਰਕੇ ਕਿੱਦਾਂ ਦਰਸ਼ਨ ਵਧੀਆ ਹੋਏ ਤੇ ਰਸ਼ ਕਿੰਨਾ ਕੁ ਭਾਜੀ ਹਾਲੇ ਨਹੀਂ ਹੈਗਾ ਇੰਨੀ ਰਸ਼ ਮਾੜਾ ਵੀ ਐਕਚੁਅਲੀ ਹੁਣ ਜਿਹੜੇ 24 ਤਰੀਕ ਨੂੰ ਮੇਲੇ ਲੈਣੇ ਨਾ ਹਾਂਜੀ 24 ਦੇ ਵਿੱਚ ਤਾਂ ਫਿਰ ਰਸ਼ ਵਧਣਾ ਤੇ ਉਹਦਾ ਲੰਗਰ ਵਗੈਰਾ ਨਹੀਂ ਲੱਗੇ ਹੋਏ ਉੱਪਰ ਇੱਕ ਲੱਗਾ ਹੋਇਆ ਅੱਛਾ ਇੱਕ ਲੱਗ ਗਿਆ ਲਗਾ ਰਹੇ ਹੌਲੀ ਤੇ ਉੱਪਰ ਖਰਚਾ ਵਗੈਰਾ ਕਿੱਦਾਂ
ਠੀਕ ਆ ਬਹੁਤ ਬਹੁਤ ਰੀਜ਼ਨੇਬਲ ਆ। ਅੱਛਾ ਤੇ ਆਪਣਾ 300 ਰੁਪਏ ਪਰ ਪਰਸਨ ਆ ਵਿਦ ਨਾਈਟ ਦੇ ਵਿੱਚ ਡਿਨਰ ਵੀ ਦਿੰਦੇ ਆ ਤੇ ਨਾਲ ਰਹਿਣ ਨੂੰ ਵੀ। ਚਲੋ ਫੇਰ ਤਾਂ ਬਹੁਤ ਵਧੀਆ ਹੈ ਨਾ, ਸਹੀ ਆ, ਦਰਸ਼ਨ ਸੋਹਣੇ ਹੋ ਗਏ, ਬਹੁਤ ਵਧੀਆ ਭਾਜੀ ਬਹੁਤ ਵਧੀਆ। ਚਲੋ ਵਧੀਆ, ਇੱਕ ਦਿਨ ਰਹਿ ਕੇ ਤੇ ਹੁਣ ਸਵੇਰੇ ਤੁਸੀਂ ਕਿੰਨੇ ਵਜੇ ਤੁਰੇ ਸੀ? ਚਲੋ ਕੋਈ ਗੱਲ ਨੀ ਭਾਜੀ, ਮਿਲਦੇ ਆ, ਤੁਸੀਂ ਵੀ ਜਾਣਾ ਤੇ ਅਸੀਂ ਵੀ ਨਿਕਲਦੇ ਆ। ਓਕੇ ਬ੍ਰੋ, ਹਰ ਹਰ ਮਹਾਦੇਵ, ਮਿਲਦੇ ਆਪਾਂ, ਜੈ ਭੋਲੇਨਾਥ। ਦੇਖੋ ਜੀ, ਜਿਹਨਾਂ ਯਾਤਰਾ ਕਰਨੀ ਵਜਨ ਪਲੱਸ ਛੋਟੇ ਜਿਹੇ ਬੱਚੇ ਨੂੰ ਵੀ ਲੈ ਕੇ ਉੱਪਰ ਜਾ ਰਹੇ ਆ। ਦੰਸ਼ੋ ਰਹਿ ਗਿਆ ਤਾਂ ਸਿਰਫ 1 ਕਿਲੋਮੀਟਰ। ਆ ਦੇਖੋ ਲੰਗਰ ਲਈ ਪੰਡਾਲ ਲੱਗੇ ਹੋਏ ਆ, ਬਸ ਥੋੜ੍ਹੇ ਦਿਨਾਂ ਤੱਕ ਇੱਥੇ ਵੀ ਚਹਿਲ ਪਹਿਲ ਪੂਰੀ ਹੋਣੀ ਆ। ਹਰ ਹਰ ਮਹਾਦੇਵ, ਦਰਸ਼ਨ ਕਰ ਰਹੇ ਭਾਈ, ਵਧੀਆ ਰਿਹਾ? ਬਹੁਤ ਵਧੀਆ ਹੋਏ ਦਰਸ਼ਨ। ਆ ਦੇਖੋ ਸਭ ਤੋਂ ਪਹਿਲਾਂ ਆਣ ਕੇ ਰੈਸਟ ਕਰ ਰਿਹਾ ਇੱਥੇ। ਓਏ ਆਹ ਕੰਮ ਗਲਤ ਆ, ਚਲੋ ਨਾਲ। ਆਹ ਦੇਖੋ ਪੰਡਾਲ ਰੈਡੀ ਆ, ਬੰਨੇ ਹੋਏ ਆ, ਬਸ ਥੋੜ੍ਹੇ ਦਿਨਾਂ ਤੱਕ ਇਹ ਵੀ ਭਰ ਜਾਣੇ ਆ, ਫਿਰ ਲੰਗਰ ਲੱਗ ਜਾਣੇ ਇੱਥੇ ਵੀ। ਮੌਸਮ ਖਰਾਬ ਹੋਣ ਦੀ ਸੰਭਾਵਨਾ ਆ। 3 ਕੁ ਵੱਜ ਗਏ ਬੰਟੀ, ਟਾਈਮ ਦੇਖੀ ਕਿੰਨਾ ਆ? 2 ਵੱਜ ਗਏ ਆ, 2 ਵੱਜ ਕੇ 2 ਮਿੰਟ ਹੋ ਗਏ ਆ। ਮੌਸਮ ਵਧੀਆ ਰਿਹਾ, ਐਕਸਰਸਾਈਜ਼, ਕਾਰਡੀਓ, ਜੁੰਮਾ, ਸਾਰਾ ਕੁਝ ਹੋ ਗਿਆ ਅੱਜ ਨਾ, ਸਭ ਕੁਝ ਹੋ ਰਿਹਾ। ਚਲੋ ਵਧੀਆ, ਹਾਰਟ ਲਈ ਆਪਣੇ ਲਈ ਵਧੀਆ ਆ, ਦਰਸ਼ਨ ਲਈ ਅਤੇ ਉਹ ਵੀ ਦਿਲ ਲਈ ਵਧੀਆ, ਅਤੇ ਕਾਰਡੀਓ ਦਿਲ ਲਈ ਵਧੀਆ, ਦਰਸ਼ਨ ਵੀ ਦਿਲ ਲਈ ਵਧੀਆ ਇਹ ਵੀ। ਬਾਕੀ ਹੁਣ ਉਹ ਉੱਪਰ ਜਾਣਾ ਦੰਸ਼ੋ, 1 ਕਿਲੋਮੀਟਰ ਰਹਿ ਗਿਆ। ਹੌਸਪੀਟਲ ਦੀ ਪੂਰੀ ਟ੍ਰੇਨਿੰਗ ਆ ਪੂਰੀ। 3 ਵੱਜ ਗਏ ਪੂਰੇ ਅਤੇ ਆਪਾਂ ਦੰਸ਼ੋ ਪਹੁੰਚ ਗਏ ਹਾਂ। ਇੱਥੇ ਲੰਗਰ ਵੀ ਲੱਗਾ ਹੋਇਆ ਆ, ਮੇਨ ਲੰਗਰ ਨਾ ਜਾਣ ਪਈ ਕਿ ਨਹੀਂ, ਰਾਜਮਾ ਕੜੀ ਚੌਲ ਆ ਕਹਿੰਦੇ, ਬਾਕੀ ਪਤਾ ਨੀ ਕਿੱਥੇ ਲੱਗਿਆ ਲੱਗਾ, ਕਹਿੰਦੇ ਇੱਥੇ ਆ ਦੰਸ਼ੋ ਚ। ਹੋਰ ਕੀ, ਦੰਸ਼ੋ ਪਹੁੰਚ ਗਏ ਆਪਾਂ। ਦੂਜੇ ਪੜਾਅ ਪਹੁੰਚੇ ਆਪਾਂ ਸਵੇਰ ਦੇ 3 ਵਜੇ। ਅਗਲਾ ਪੜਾਅ ਹੈਗਾ ਆ ਸ਼ਿਵਗਰਾਟ। ਆ ਦੇਖੋ ਪਿੱਛੇ ਪੱਥਰ ਗੱਡਾ ਵੱਡਾ, ਮੌਸਮ ਖਰਾਬ ਹੁੰਦਾ ਦੀਦਾ ਸਾਨੂੰ। ਬਾਕੀ ਇੱਥੇ ਹੁਣ ਦੰਸ਼ੋ ਰੁਕਾਂਗੇ ਥੋੜ੍ਹਾ ਟਾਈਮ ਕਿ ਨਹੀਂ ਬੰਟੀ? ਦੰਸ਼ੋ ਰੁਕਦੇ ਥੋੜ੍ਹਾ ਟਾਈਮ, ਲੰਗਰ ਖਾਂਦੇ ਹਾਂ ਜੇ ਮਿਲ ਗਿਆ ਤਾਂ, ਫਿਰ ਅੱਗੇ ਤੁਰਾਂਗੇ। ਸਾਹੀ ਲੱਗੇ ਚੱਲ ਗਿਆ, ਥੋੜ੍ਹਾ ਠੀਕ ਨਹੀਂ ਸੀ, ਹੌਲੀ ਹੌਲੀ ਅੱਗੇ ਭੇਜਤਾ ਉਹਨੂੰ ਵੀ, ਤੂੰ ਅੱਗੇ ਜਾ, ਏਦਾਂ ਦੀਆਂ ਗੱਲਾਂ ਕਰੀ ਜਾਵੇ ਐਵੇਂ। ਉਹ ਠੀਕ ਨਹੀਂ ਸੀ ਤਾਂ ਅੱਗੇ ਭੇਜਿਆ ਉਹਨੂੰ, ਪਹਿਲਾਂ ਭੇਜਤਾ ਉਹ, ਗੱਲ ਕੁਛ ਨਹੀਂ ਸੀ, ਫੋਨ ਆ ਗਿਆ ਸਾਨੂੰ, ਅਸੀਂ ਪਿੱਛੇ ਰੁਕ ਗਏ, ਰੇਂਜ ਉੱਥੇ ਤੱਕ ਸੀਗੀ, ਹੁਣ ਵੀ ਵਿੱਚ ਇੱਕ ਡੰਡਾ ਜਾਂਦਾ ਵਿੱਚ ਚੱਲ ਜਾਂਦਾ। ਚਲੋ ਦੇਖਦੇ ਹਾਂ ਅੱਗੇ ਜਾ ਕੇ ਕਿ ਲੰਗਰ ਕਿਹੜਾ ਆ। ਲੰਗਰ ਤੇ ਮਿਲਦੇ ਸਾਹਮਣੇ ਲੰਗਰ ਲੱਗਾ ਹੋਇਆ ਆ, ਇੱਥੇ ਵੀ ਬਸ ਥੋੜ੍ਹੇ ਦਿਨਾਂ ਤੱਕ ਲੰਗਰ ਲੱਗ ਜਾਣੇ ਆ, ਖੁਸ਼ੀ ਤਾਂ ਹੈਗੀ ਆ। ਲੰਗਰ ਦੀ ਸਮਾਪਤੀ ਹੋ ਗਈ ਲੱਗਦਾ, ਚਾਹ ਦਾ ਲੰਗਰ ਲੱਗਾ ਹੋਇਆ ਆ,
ਬਾਕੀ ਕਹਿੰਦੇ ਦਾਲ ਚੌਲ ਮੁੱਕ ਗਏ ਆ, ਮਤਲਬ ਸਮਾਪਤ ਹੋ ਗਏ ਆ, ਸਵੇਰ ਦਾ ਲੱਗਾ ਸੀ ਅਤੇ ਹੁਣ ਚਾਹ ਦਾ ਲੰਗਰ ਲੱਗਾ ਆਪਣੇ ਕੋਲ। ਉਹ ਪੈਟੀਆਂ ਵਰਗੇ ਕੀ ਕਹਿੰਦੇ ਫੈਨ ਹੈਗੇ ਆ ਪੱਖੇ, ਉਹ ਖਾਵਾਂਗੇ ਪਿੱਛੇ ਦੇਖੋ। ਉੱਦਾਂ ਆਪਾਂ ਕਦੀ ਚਾਹ ਨਹੀਂ ਪੀਤੀ, ਹੋਰ ਕੁਛ ਨਹੀਂ ਰਾਜ ਮਿਲਿਆ ਸਾਨੂੰ ਮੈਗੀਆਂ ਤੋਂ ਇਲਾਵਾ, ਚਾਹ ਪੀਣੀ ਬੈਟਰ ਇਹਦੇ ਨਾਲੋਂ, ਮਿੱਠਾ ਤਾਂ ਹੈ। ਲੰਗਰ ਦੀ ਚਾਹ ਪ੍ਰਸ਼ਾਦ ਬਣ ਜਾਂਦਾ, ਪ੍ਰਸ਼ਾਦ ਖਾਵਾਂਗੇ ਆਪਾਂ। ਲਓ ਜੀ ਆ ਗਿਆ ਲੰਗਰ, ਲੰਗਰ ਵਿੱਚ ਆਪਾਂ ਨੂੰ ਚਾਹ ਮਿਲੀ ਆ। ਚਾਹ ਦੇ ਨਾਲ ਕੀ ਖਾਵਾਂਗੇ? ਫੈਨ ਪੱਖੇ, ਪੱਖੇ ਫੈਨ ਖਾਵਾਂਗੇ। ਆ ਹੈਗਾ ਦੰਛੋ, ਦੰਛੋ ਤੋਂ ਬਾਅਦ ਆਉਣਾ ਸ਼ਿਵ ਗਰਾਟ। ਚਾਹ ਨਾਲ ਕੀ ਆ? ਪੱਖੇ, ਫੈਨ, ਪੈਟੀਆਂ ਦੇ ਨਾਲ ਹੀ ਹੁੰਦੇ, ਫੈਨ ਹੀ ਕਹਿੰਦੇ ਇਹਨਾਂ ਨੂੰ ਨਾ। ਪੈਟੀ ਦੇ ਰਿਸ਼ਤੇਦਾਰ ਹੀ ਆ ਕੋਈ, ਪੈਟੀ ਦੇ ਰਿਸ਼ਤੇਦਾਰ ਹੀ ਆ ਕੋਈ। ਚਲੋ ਚਾਹ ਦਾ ਲੰਗਰ ਛੱਕ ਕੇ ਅਤੇ ਸ਼ਿਵ ਗਰਾਟ ਵੱਲ ਰਵਾਨਾ। ਤਿੰਨ ਵੱਜ ਕੇ 26 ਮਿੰਟ ਹੋ ਗਏ ਆ ਅਤੇ ਹੁਣ ਘੱਟੋ ਘੱਟ ਆਪਾਂ ਨੂੰ 8-9 ਵੱਜ ਜਾਣੇ ਜਾਂਦਿਆਂ ਨੂੰ, ਬਾਕੀ ਦੇਖਦੇ ਹਾਂ ਕਿੰਨਾ ਟਾਈਮ ਲੱਗਦਾ। ਵੀਡੀਓ ਆਪਾਂ ਘੱਟ ਬਣਾਉਣੀ ਆ ਕਿਉਂਕਿ ਬੈਟਰੀ ਲੋਹ ਚੱਲੀ ਆ, ਉਹਦਾ ਬੈਟਰੀ ਤਾਂ ਹੈਗੀ ਆ, ਇੱਕ ਪਾਵਰ ਬੈਂਕ ਸਾਡੀ ਪਈ ਪਈ ਡੈੱਡ ਹੋ ਗਈ। ਲਓ ਜੀ ਅੱਗੇ ਜਾ ਕੇ ਲੰਗਰ, ਦਾਲ ਚੌਲ ਕਿੱਦਾਂ ਬੰਟੀ? ਫਿਰ ਹੁਣ ਤਾਂ ਜਦੋਂ ਆਪਾਂ ਚਾਹ ਪੀ ਗਏ ਦੇਖ ਲੈਂਦੇ ਬਾਕੀ ਇੱਧਰ ਨੂੰ ਗੇੜਾ ਲਾ ਕੇ। ਚਲੋ ਦੇਖਦੇ ਹਾਂ। ਹਾਂ ਦੇਖੋ ਮਗਰ ਪੈ ਗਏ, ਹੋਰ ਲੰਗਰ ਲੈ ਗਿਆ ਹੈ ਨਾ, ਕਿਉਂਕਿ ਬੰਟੀ ਨੇ ਉਹਨੂੰ ਸਹਿਲਾ ਥੋੜ੍ਹਾ ਸਿਰ ਤੋਂ। ਹਾਂਜੀ ਬਾਈ ਜੀ, ਵਧੀਆ ਆ ਗਿਆ ਦਰਸ਼ਨ ਕਰਕੇ? ਜਾ ਰਹੇ ਕਦੋਂ ਤੁਰੇ? ਇੱਕ ਵਜੇ, ਇੱਕ ਵਜੇ ਬੜੀ ਜਲਦੀ ਆ ਗਏ ਉੱਪਰ ਯਾਰ। ਆ ਦੇਖੋ ਪਹਿਲਾਂ ਪਾ ਦਿੱਤੇ ਨੂੰ ਚੌਲ, ਫਿਰ ਉਹਦੇ ਨਾਲ ਲੱਗੀ ਜਾਂਦੇ। ਤੇਰੇ ਦੁਆਲੇ ਹੀ ਆਉਂਦੀ ਇਹ। ਲਓ ਜੀ ਦਾਲ ਚੌਲ ਥੋੜ੍ਹੇ ਜਿਹੇ ਖਾ ਲਈਏ, 1 ਘੰਟਾ ਲੱਗ ਗਿਆ ਸਾਨੂੰ, 1 ਘੰਟੇ ਬਾਅਦ ਦਾਲ ਚੌਲ ਦਾ ਸੇਵਨ ਕਰਦੇ ਹਾਂ ਆਪਾਂ, ਲੰਗਰ ਲੱਗਾ ਸੀ। ਲੰਗਰ ਖਾਂਦਾ ਨਹੀਂ ਹਰੇ ਵੱਖਰਾ ਹੁੰਦਾ, ਲੰਗਰ ਦੇ ਨਾਲ ਨਾਲ ਥੱਲੇ ਪਾਣੀ। ਆਹ ਪੁਲ ਥੋੜ੍ਹਾ ਮਜ਼ਬੂਤ ਲੱਗਦਾ ਆ, ਉਹ ਪਿੱਛੇ ਵਾਲਾ ਤਾਂ ਬੜਾ ਹੀ ਖਤਰਨਾਕ ਸੀਗਾ, ਉਹ ਕਦੋਂ ਵੀ ਖਿਸਕ ਦੇ ਸਕਦਾ ਸੀ ਨਾ ਬੰਟੀ, ਉਹ ਸਿੰਗਲ ਬੰਦੇ ਲਈ ਵੀ ਮਤਲਬ ਕਿ ਰਿਸਕੀ ਕੰਮ ਸੀ। ਕਾਲਾ ਲੰਗਰ ਅੱਜ ਮੈਂ ਛੱਡਣਾ ਨਹੀਂ, ਅਜੇ ਤਾਂ ਵੀਡੀਓ ਤੇਰੀ ਬਣਾ ਲਈ ਆ, ਇਹ ਛੱਡ ਦਿੰਦਾ ਲੰਗਰ ਇਸ ਕਰਕੇ ਆਪਾਂ ਇਹਨੂੰ ਉੱਤੇ ਦੇ ਕਿੱਦਾਂ ਪਾਰ ਕਰਦੇ ਪਏ ਡਰ ਡਰ ਗਿਆ ਨਾ ਆਪਾਂ ਖਾ ਲਿਆ। ਹੁਣ ਪਲੇਟਾਂ ਧੋ ਕੇ ਆਪਾਂ ਅੱਗੇ ਵੱਲ ਰਵਾਨਾ ਹੁੰਦੇ ਹਾਂ। ਲਓ ਜੀ ਆਪਾਂ ਨੂੰ ਦੂਜਾ ਪੁਲ ਮਿਲ ਗਿਆ ਆ, ਇਹ ਥੋੜ੍ਹਾ ਮਜ਼ਬੂਤ ਆ ਲੋਹੇ ਦਾ, ਪਰ ਇਹ ਦੇਖੋ ਇੱਥੋਂ ਲੈ ਕੇ ਇੱਥੋਂ ਲੈ ਕੇ ਇੱਥੇ ਤੱਕ ਇਹ ਉੱਪਰ ਆ ਕਵਰ ਪੱਥਰਾਂ ਦੇ, ਉਹ ਬਹੁਤ ਥੋੜ੍ਹਾ ਸੀ। ਆਹ ਦੇਖੋ ਪਾਣੀ ਬਹੁਤ ਸਪੀਡ ਨਾਲ ਆ ਰਿਹਾ ਇੱਥੋਂ, ਇਹ ਗਲੇਸ਼ੀਅਰ ਖੋਰ ਖੋਰ ਆਉਂਦੇ ਉੱਪਰੋਂ, ਆਹ ਦੇਖੋ ਉੱਥੋਂ ਇੱਧਰੋਂ ਇਹ ਡੰਡਾ ਵੀ ਇੱਥੇ ਵੀਰਾਂ ਦਾ ਰਹਿ ਗਿਆ, ਉਹਨਾਂ ਨੇ ਆਵਾਜ਼ ਮਾਰੀ ਕਹਿੰਦਾ ਡੰਡਾ ਲਿਆਓ ਮੇਰਾ ਚੱਕ ਕੇ, ਔਰ ਰਸਤੇ 'ਚ ਮਿਲੋਗੇ ਉਹਨਾਂ ਨੂੰ ਮੈਂ ਉਹਦੇ ਦੇਣਾ ਆ। ਆਓ ਜੀ ਆਓ,
ਬਹੁਤ ਤੇਜ਼ ਹੋ ਰਹੀ ਆ। ਇਹ ਕਿਹੜੀ ਆ? ਆ ਦੰਸ਼ੋ ਤੋਂ ਹੈਗਾ ਸ਼ਾਰਟ ਰਸਤਾ ਵੀ ਜਾਂਦਾ ਦੇਖੋ ਇੱਧਰ ਤਾਂ ਉੱਪਰ ਤੱਕ ਸਿੱਧੀ ਚੜ੍ਹਾਈ ਆ ਇਹ, ਉਹ ਅੱਗੇ ਜਾ ਕੇ ਇੱਥੇ ਮਿਲਦੇ ਆ ਅਤੇ ਬਾਂਦਰ ਘਾਟ ਵੱਲ ਦੀ ਆ, ਹੈ ਵੀ ਸਿੱਧੀ ਆ ਪਰ ਇਹ ਥੋੜ੍ਹੀ ਸਿੱਧੀ ਆ, ਇਹ ਘੁੰਮ ਕੇ ਜਾਂਦਾ ਇੱਧਰ ਦੇਖੋ ਅਤੇ ਉਹ ਉੱਪਰ ਜਾ ਕੇ ਮਿਲ ਜਾਂਦਾ ਇਹ ਵੀ। ਆਹ ਦੇਖੋ ਉੱਪਰੋਂ ਪਾਣੀ ਆਉਂਦਾ ਅਤੇ ਵਾਟਰ ਕਰੋਸਿੰਗ, ਅਤੇ ਇੱਥੇ ਸਭ ਤੋਂ ਵੱਡੀ ਗੱਲ ਕਿਸੇ ਵੀ ਤੁਸੀਂ ਜੜੀ ਬੂਟੀ ਨੂੰ ਹੱਥ ਨਹੀਂ ਲਾਉਣਾ ਜਿੱਦਾਂ ਰਾਹ 'ਚ ਕੋਈ ਪੱਤੇ ਆਉਂਦੇ ਆ ਨਾ, ਅਤੇ ਇੱਥੇ ਇੱਕ ਨਾ ਬਰੀਕ ਜਿਹੀ ਭੁੰਡੀ ਆ ਗਲੀ ਜੀ, ਉਹ ਜਿੱਥੇ ਬਹਿ ਕੇ ਉੱਠ ਕਰੀ ਹੈ ਨਾ ਉਹਨੇ ਸਾੜ ਪਾ ਦੇਣਾ ਆ। ਬੰਟੀ ਦੀ ਵੀ ਪੇੜ 'ਤੇ ਬੱਖੀ ਤੋਂ ਉੱਪਰ ਤੱਕ ਚਲ ਗਈ ਆ, ਉਹਨੇ ਮਤਲਬ ਉੱਥੇ ਇੰਨਾ ਸਾੜ ਪਾਇਆ, ਸਾਡੇ ਕੋਲ ਕੋਈ ਕਰੀਮ ਹੈ ਨਹੀਂ ਸੀਗੀ, ਹੁਣ ਪਾਣੀ ਨਾਲ ਥੋੜ੍ਹਾ ਜਿਹਾ ਧੋਤਾ, ਪਾਣੀ ਬੜਾ ਠੰਡਾ ਸੀ। ਅਤੇ ਹੁਣ ਕਿਹੜੀ ਕਰੀਮ ਲਾਈ ਪੌਂਡਸ? ਪੌਂਡਸ ਉਹੀ ਲਾਈ, ਨਹੀਂ ਤਾਂ ਉਹਦਾ ਸਭ ਤੋਂ ਹਰੇਕ ਚੀਜ਼ ਹੁੰਦੀ ਆ। ਐਤਕੀ ਅਸੀਂ ਅਣਗਹਿਲੀ ਥੋੜ੍ਹੀ ਜਿਹੀ ਕਰਤੀ, ਅਸੀਂ ਕਰੀਮ ਵਗੈਰਾ ਉਹ ਨਹੀਂ ਲੈ ਕੇ, ਐਂਟੀਬਾਇਟਿਕ ਕੋਈ ਵੀ ਇੱਦਾਂ ਅੱਗੇ ਲੈ ਕੇ ਚੱਲਦੇ ਹਾਂ, ਹੈ ਮਤਲਬ ਕਿ ਥੱਲੇ ਆ ਆਪਣੇ ਬੈਗ 'ਤੇ, ਉੱਪਰ ਨਹੀਂ ਲੈ ਕੇ ਆਏ। ਆਹ ਦੇਖੋ ਵਾਟਰ ਕਰੋਸਿੰਗ, ਉੱਪਰੋਂ ਪਾਣੀ ਆਉਂਦਾ, ਠੰਡਾ ਪਾਣੀ ਆ। ਆਹ ਪੈਪ ਵੀ ਆ ਦੇਖੋ ਉੱਪਰੋਂ ਇਹਨਾਂ ਪਾਈ ਹੋਈ ਆ ਲੈਂਥ, ਇਹ ਉੱਪਰ ਥੱਲੇ ਤੱਕ ਜਾਂਦਾ ਆ, ਇਹ ਉੱਪਰੋਂ ਆਉਂਦਾ ਆ ਸ਼ਿਵਕੁੰਡ ਤੋਂ ਆਉਂਦਾ ਪਾਣੀ ਕਹਿੰਦਾ ਇਹ ਵਾਲਾ। ਰਾਹ 'ਚੋਂ ਇੱਦਾਂ ਇੱਕ ਥੋੜ੍ਹਾ ਜਿਹਾ ਪੈਚ ਆਉਂਦਾ ਆ ਉੱਪਰੋਂ ਪੱਥਰ ਜਿਹੇ ਡੈਗ ਡੈਗ ਕੇ ਹੈ ਨਾ ਛੋਟੇ ਛੋਟੇ ਜਿਹਾ ਦੇਖ ਥੱਲੇ ਆਏ ਆ, ਅਤੇ ਆਹੀ ਰਸਤਾ ਬੰਨਾ ਜਿਹਾ ਛੋਟਾ ਜਿਹਾ, ਫਿਰ ਅੱਗੇ ਜਾ ਕੇ ਉਹੀ ਰਸਤਾ ਸ਼ੁਰੂ ਹੋ ਜਾਂਦਾ ਆ। ਬਾਕੀ ਠੀਕ ਆ, ਜ਼ਿਆਦਾ ਮੀਂਹ ਹੁੰਦਾ ਉਦੋਂ ਥੋੜ੍ਹਾ ਅਵਾਈਡ ਕਰੇ ਇੱਧਰ ਦੇ ਰੋਡ, ਕਿਉਂਕਿ ਇੱਧਰ ਦੀ ਪੱਥਰ ਵਗੈਰਾ ਡੈਗ ਸਕਦੇ ਆ। ਬਾਕੀ ਠੀਕ ਆ, ਵਿਊ ਬਹੁਤ ਖਤਰਨਾਕ ਇੱਥੇ, ਬਸ ਅਸੀਂ ਕੈਪਚਰ ਕਰਨਾ ਹੁਣ ਅੱਗੇ ਵਾਲਾ ਵਧੀਏ। ਲਓ ਜੀ ਮਨੀ ਮਹੇਸ਼ ਰਹਿ ਗਏ ਇੱਥੋਂ 6 ਕਿਲੋਮੀਟਰ, ਸੁੰਦਰਾ ਸੀ 4 ਕਿਲੋਮੀਟਰ, ਗੌਰੀ ਕੁੰਡ 5 ਕਿਲੋਮੀਟਰ, ਦੰਸ਼ੋ ਥੱਲੇ ਆ ਉਹ ਤਾਂ ਦੰਸ਼ੋ ਹੈਗਾ 1 ਕਿਲੋਮੀਟਰ ਇੱਥੋਂ, ਕਿਉਂਕਿ ਸਿੱਧੀ ਚੜ੍ਹਾਈ ਆ। ਹੁਣ ਇੱਥੋਂ ਮਨੀ ਮਹੇਸ਼ ਸਿਰਫ 6 ਕਿਲੋਮੀਟਰ ਰਹਿ ਗਿਆ ਆ, ਅਤੇ ਆਪਾਂ ਹਾਰ ਨਹੀਂ ਮੰਨਣੀ। ਆ 20 ਡੰਡੇ ਵਾਲੇ ਹਲੇ ਮਿਲੇ ਨਹੀਂ ਹੈ, ਮੈਂ ਚੱਕ ਕੇ ਬੋਹ ਚੁੱਕਿਆ ਆ, ਉਹ 20 ਡੰਡੇ ਵਾਲੇ ਮਿਲੇ ਨਹੀਂ ਹਜੇ। ਬੰਟੀ ਕਿੱਦਾਂ ਭੁੰਡੀ ਜੀ ਹਟ ਗਈ? ਪਾਣੀ ਲਾਓ। ਹਾਂ ਪਾਣੀ ਜੋ ਜੇ ਤੁਹਾਡੇ ਕਿਤੇ ਵੀ ਇੱਦਾਂ ਇੱਥੇ ਆਉਂਦੇ ਕੋਈ ਵੀ ਯਾਤਰੀ ਆਉਂਦਾ ਨਾ ਉਹਦੇ 'ਤੇ ਭੁੰਡੀ ਵਗੈਰਾ ਬਹਿ ਜਾਂਦੀ, ਉੱਤੇ ਲਾਲ ਨਿਸ਼ਾਨ ਹੁੰਦੇ ਆ, ਪਾਣੀ ਨਾਲ ਧੋਲੋ ਤਾਂ ਉਹਨਾਂ ਹਟ ਜਾਂਦੀ ਆ। ਬਾਕੀ ਜੇ ਕਰੀਮ ਲਾਉਣੀ ਤਾਂ ਤੁਹਾਡੀ ਮਰਜ਼ੀ ਆ। ਤਕਰੀਬਨ ਆਪਾਂ 7 ਕਿਲੋਮੀਟਰ ਨਹੀਂ 8 ਕਿਲੋਮੀਟਰ ਆ ਗਏ ਹਾਂ, ਅਤੇ ਗੌਰੀਕੁੰਡ ਰਹਿ ਗਿਆ ਸਰ ਇੱਥੋਂ 4.5 ਕਿਲੋਮੀਟਰ ਦੂਰ। ਬਾਕੀ ਦੇਖੋ ਛੋਟੇ ਛੋਟੇ ਰਸਤੇ, ਸਿੱਧੀ ਚੜ੍ਹਾਈ ਆ। ਬੰਟੀ ਕਿੱਦਾਂ ਰਿਹਾ ਨਜ਼ਾਰੇ? ਨਜ਼ਾਰੇ ਪੂਰੇ ਆ, ਗਰਮੀ ਬਹੁਤ ਆ, ਬਾਕੀ ਬੈਕ ਸਾਈਡ 'ਤੇ ਧੁੱਪ ਦੇਖੋ ਤਿੱਖੀ ਧੁੱਪ ਆ। ਹੌਸਲੇ ਨਾਲ ਚੱਲੀ ਜਾਂਦੇ ਆ ਬਸ, 4.5 ਕਿਲੋਮੀਟਰ ਹੋਰ ਆ, ਹੌਲੀ ਹੌਲੀ ਅੱਗੇ ਵੱਧਦੇ ਆ। ਦੇਖਣ 'ਚ ਬਹੁਤ ਲੱਗਦਾ ਵੀ ਥੋੜ੍ਹਾ ਉੱਤੇ ਆਏ ਹਾਂ, ਪਰ ਜਿਹੜੇ ਚੜ੍ਹੇ ਉਹਨਾਂ ਨੂੰ ਪਤਾ ਹੁੰਦਾ ਕਿੰਨੀ ਉੱਤੇ ਆਏ ਆ। ਚਲੋ ਹੌਲੀ ਹੌਲੀ ਉੱਪਰ ਚੜ੍ਹਦੇ ਹਾਂ। ਮੌਸਮ ਖਰਾਬ ਹੋ ਜਾਂਦਾ, ਉੱਪਰ ਬਹੁਤ ਧੁੰਦ ਹੋਈ ਪਈ ਆ, ਪਿੱਛੇ ਆਵਾਜ਼ ਪਾਣੀ ਦੀ ਆ, ਅਸੀਂ ਨਾਲ ਨਾਲ ਟੋਫੀਆਂ ਖਾਈ ਜਾਂਦੇ ਹਾਂ ਵੀ ਐਨਰਜੀ ਬਣੀ ਰਹੇ। ਇੱਕ ਆਹ ਰਸਤਾ ਆ ਅਤੇ ਇੱਕ ਆਹ ਰਸਤਾ ਆ, ਇਹਦਾ ਸਿੱਧਾ ਹੋਣਾ ਚੜ੍ਹਾਈ ਯਾਰ, ਇਹ ਸ਼ਾਰਟ ਰਸਤਾ ਪਿੱਛੇ ਸਾਡੀ ਦੇਖ ਰਹੇ ਹੋਣੇ ਨਾ, ਇਹ ਸ਼ਾਰਟ ਰਸਤਾ ਪਰ ਅਸੀਂ ਐਂ ਦੀ ਜਾਣਾ ਆ, ਇਹ ਥੋੜ੍ਹਾ ਲੰਬਾ ਆ ਪਰ ਸਿੱਧਾ ਆ।
ਫਲੈਟ ਹਾਂ ਯੈਲੋ ਫੁੱਲ ਪੀਲੇ ਫੁੱਲ ਕਿੰਨੇ ਸੋਹਣੇ ਲੱਗਦੇ ਆ। 6:15 ਹੋ ਗਏ ਆ ਡਾਂਚੋ ਇੱਥੇ ਥੱਲੇ ਆ ਦੇਖੋ ਪੂਰੀ ਧੁੰਦ ਛਾ ਗਈ ਆ ਆਪਾਂ ਇੱਥੇ ਬੈਠੇ ਹਾਂ ਲੰਗਰ ਪਲਾਟ ਨੰਬਰ 13 ਆ ਦੇਖੋ ਇੱਥੋਂ 2.5 ਕਿਲੋਮੀਟਰ ਰਹਿ ਗਿਆ ਆ ਸ਼ਿਵ ਘਰਾਟ। ਬੰਟੀ ਸਕੂਨ ਮਿਲਦਾ ਬੈਠ ਕੇ ਆਨੰਦ ਆ ਨਾ ਮੌਸਮ ਬਹੁਤ ਹਾਂਜੀ ਬਾਈ ਜੀ ਕੀ ਹਾਲ ਚਾਲ ਹਰ ਹਰ ਮਹਾਦੇਵ ਸਾਹ ਫੁੱਲ ਰਹੀ ਹੈ ਪੂਰੀ ਸੁਬਹ ਕਬ ਨਿਕਲੇ ਥੇ 11:30 ਹਾਂ ਫਿਰ ਵੀ ਠੀਕ ਹੈ ਭਾਈ 8 ਵਜੇ ਨਿਕਲੇ ਸੀ 8 ਵਜੇ ਨਿਕਲੇ ਥੇ ਹਮ ਹਾਂ ਉਹ ਵੀਡੀਓਗ੍ਰਾਫੀ ਕਰ ਕਰਕੇ ਧੀਰੇ 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 ਹਾਂ ਫਿਰ ਵੀ ਜਲਦੀ ਆ ਗਏ ਇਤਨਾ ਨਹੀਂ ਯਾਦ ਕਿ ਬੀਸ ਵੀ ਕੱਲ ਹਮ ਲੇਟ ਹੋ ਗਏ ਥੇ ਹਾਂ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਤੇਜ਼ ਆ ਅੱਗੇ ਨਾਲੋਂ ਜ਼ਿਆਦਾ ਤੇਜ਼ ਹੋ ਗਿਆ ਮੌਸਮ ਦੇਖੋ ਧੁੰਦ ਹੀ ਧੁੰਦ ਪੈ ਗਈ ਸਾਰੇ ਪਾਸੇ ਬਸ ਅਸੀਂ ਹੌਲੀ ਹੌਲੀ ਅੱਗੇ ਵੱਧ ਰਹੇ ਹਾਂ ਪਾਣੀ ਦਾ ਬਹਾਅ ਬਹੁਤ ਤੇਜ਼ ਆ ਆਪਾਂ ਨੂੰ ਮਨੀਮਹਿਲ ਯਾਤਰਾ ਜਾਂਦਿਆਂ ਨੂੰ ਤੀਜਾ ਪੁੱਲ ਮਿਲ ਰਿਹਾ ਇਹ ਆ ਦੇਖੋ ਕਿੰਨੀ ਸੋਹਣੀ ਲਾਈਨ ਲਿਖੀ ਆ ਯਾਤਰਾ ਮੈਂ ਦੂਰੀ ਨਾ ਦੇਖੇ ਸਹੀ ਗੱਲ ਆ ਪੁੱਲ ਵੀ ਟੁੱਟਾ ਕਾਫੀ ਥੱਲੇ ਦੇਖੋ ਆਪਾਂ ਨੂੰ ਹੌਲੀ ਹੌਲੀ ਜਾਣਾ ਚਾਹੀਦਾ ਇੱਥੋਂ ਦੀ ਕਿਉਂਕਿ ਕਾਫੀ ਇਧਰਲੀ ਸਾਈਡ ਤੋਂ ਵੀ ਟੁੱਟਾ ਆ ਉੱਧਰ ਪੱਥੇ ਡਿੱਗੇ ਆ ਤੇ ਖੱਡੇ ਵੀ ਡਿੱਗੇ ਆ ਵਿੱਚੋਂ ਆ ਦੇਖੋ ਸਾਰਾ ਟੁੱਟਾ ਪਿਆ ਦੇਖੋ ਪਾਣੀ ਪਾਣੀ ਦੀ ਪੂਰ ਪੈ ਰਹੀ ਆ ਉੱਥੇ ਆ ਦੇਖੋ ਇੰਨੀ ਹੌਲੀ ਹੌਲੀ ਜਾ ਰਿਹਾ ਡਰ ਵੀ ਲੱਗ ਰਿਹਾ ਆ ਇੱਥੋਂ ਪਾਣੀ ਦਾ ਬਹਾਅ ਬਹੁਤ ਤੇਜ਼ ਆ ਇੱਥੋਂ ਸਾਡੇ ਨੂੰ ਝੁੱਕ ਕੇ ਜਾਣਾ ਪੈਣਾ ਆਪਾਂ ਨੂੰ ਡਿੱਗਣ ਦਾ ਡਰ ਆ ਪੂਰਾ ਪੱਥਰ ਹਿਲਦਾ ਪਿਆ ਆਰਾਮ ਨਾਲ ਜਾਣਾ ਪੈਣਾ ਇੱਥੋਂ ਦੀ ਵਾਟਰ ਕਰੋਸਿੰਗ ਬਹੁਤ ਤੇਜ਼ ਪਾਣੀ ਆ ਰਿਹਾ ਆ ਦੇਖੋ ਇੱਧਰਲੀ ਸਾਈਡ ਤੋਂ ਵੀ ਉੱਧਰ ਹੀ ਪੁੱਲ ਟੁੱਟਾ ਹੋਇਆ ਆ ਆਰਾਮ ਨਾਲ ਇੱਧਰ ਦੀ ਇਹ ਤੀਜਾ ਪੁੱਲ ਆ ਪਹਿਲਾਂ 2 ਲੰਘ ਕੇ ਤੀਜਾ ਪੁੱਲ ਆਉਂਦਾ ਆ ਹੌਲੀ ਹੌਲੀ ਏ ਮੰਟੀ ਸਲੋ ਸਲੋ ਮੰਟੀ ਹੌਲੀ ਹੌਲੀ ਥੱਲੇ ਧਿਆਨ ਨਾਲ ਪੱਥਰ ਹਿਲਦਾ ਆ ਪੱਥਰ ਹਿਲਦਾ ਧਿਆਨ ਨਾਲ ਪੈ ਰੱਖੀ ਪਾਣੀ ਦਾ ਪਹਾ ਅੱਗੇ ਨਾਲੋਂ ਜ਼ਿਆਦਾ ਤੇਜ਼ ਹੋ ਗਿਆ ਆ ਆ ਪੱਥਰ ਵੀ ਖਿਸਕ ਸਕਦੇ ਆ ਥੱਲੇ ਫੜ ਕੇ ਜਾਈ ਫੜ ਕੇ ਹਿਲਦਾ ਪੱਥਰ ਹਿਲਦਾ ਆ ਰਾਹਾਂ ਹਿਲਦਾ ਧਿਆਨ ਨਾਲ ਆ ਵੀ ਹਿਲਦਾ ਪੱਥਰ ਇਹਦੇ ਉੱਪਰ ਵੀ ਇਹਦੇ ਉੱਪਰ ਦੀ ਹਾਂ ਉਹ ਹਿਲਦਾ ਆ ਪਾਣੀ ਦਾ ਪਹਾ ਦੇਖਿਆ ਦੇਖਦੇ ਦੇਖਦੇ ਕਿੰਨਾ ਤੇਜ਼ ਹੋ ਗਿਆ ਹਵਾ ਵੀ ਤੇਜ਼ ਆ ਪਾਣੀ ਵੀ ਬਹੁਤ ਤੇਜ਼ ਹੋ ਗਿਆ ਆ ਪਾਣੀ ਤੇਜ਼ ਹੋ ਗਿਆ ਜਲਦੀ ਆਇਆ ਪਾਣੀ ਤੇਜ਼ ਹੋ ਗਿਆ ਆ ਜਲਦੀ ਆ ਪਾਣੀ ਤੇਜ਼ ਹੋ ਗਿਆ ਆ ਪੱਥਰ ਹਿਲਦਾ ਧਿਆਨ ਨਾਲ ਰਹੀ ਤੋਂ ਫੜ ਕੇ
ਫੜ ਕੇ ਹਿਲਦਾ ਹਿਲਦਾ ਹਾਂ ਇੱਧਰ ਦੀ ਉੱਪਰ ਦੀ ਇਹਦੇ ਉੱਪਰ ਦੀ ਹਾਂ ਆ ਜਾ ਆਹੋ ਪਾਣੀ ਦਾ ਤੇਜ਼ ਹੋ ਗਿਆ ਜਲਦੀ ਆ ਜਾ ਦੇਖਦੇ ਦੇਖਦੇ ਸਾਡੇ ਬਾਹਲਾ ਹੀ ਤੇਜ਼ ਹੋ ਗਿਆ ਪਾਣੀ ਪਹਿਲਾਂ ਮੈਂ ਇੱਥੇ ਖੜਾ ਹੋ ਗਿਆ ਸੀ ਆਣ ਕੇ ਤੇ ਸੋਚਿਆ ਵੀ ਪਾਣੀ ਤੇਜ਼ ਹੋ ਗਿਆ ਵੀ ਜਲਦੀ ਜਲਦੀ ਕੱਢ ਲਈਏ ਰਾਤ ਦੇ ਟਾਈਮ ਹੋਰ ਪਾਣੀ ਤੇਜ਼ ਹੋ ਗਿਆ ਆ ਇਸ ਲਈ ਰਾਤ ਚ ਕਦੇ ਵੀ ਉੱਪਰ ਬਾਰਿਸ਼ ਹੋ ਰਹੀ ਮੈਨੂੰ ਲੱਗਦਾ ਹਾਂ ਰਾਤ ਚ ਕਦੇ ਵੀ ਸਫ਼ਰ ਨਾ ਕਰੋ ਹਾਂ ਆਨੰਦ ਸੀ ਪਾਣੀ ਬਹੁਤ ਤੇਜ਼ ਹੋ ਗਿਆ ਐਡਵੈਂਚਰ ਤਾਂ ਸੀ ਇਹ 2 ਮਿੰਟ ਖੜਾ ਹੋਇਆ ਨਾ ਪੌੜੀ ਰਹਿਣਾ ਸੀ 7:20 ਮਿੰਟ ਹੋ ਗਏ ਆ ਤੇ ਅਸੀਂ ਗੌਰੀਕੁੰਡ ਵੱਲ ਜਾ ਰਹੇ ਹਾਂ ਇੱਥੋਂ ਜਿਹੜੀ ਦੁਕਾਨ ਤੋਂ ਵੀ ਪੁੱਛਦੇ ਹਾਂ ਅਸੀਂ ਉਹੀ ਕਹਿੰਦਾ ਵੀ 6 ਕਿਲੋਮੀਟਰ ਰਹਿ ਗਿਆ 6 ਕਿਲੋਮੀਟਰ ਰਹਿ ਗਿਆ 2-2 ਕਿਲੋਮੀਟਰ ਉੱਪਰ ਵੀ ਆ ਜਾਂਦੇ ਆ ਸਾਨੂੰ ਇਹੀ ਦੱਸੀ ਜਾਂਦੇ 6 ਕਿਲੋਮੀਟਰ ਰਹਿ ਗਿਆ ਬਾਕੀ ਹੁਣ ਪਤਾ ਨਹੀਂ ਧੁੰਦ ਹੋ ਗਈ ਆ 7:20 ਮਿੰਟ ਹੋ ਗਏ ਆ ਬਾਈ ਹੁਣਾਂ ਨੂੰ ਪੁੱਛਦੇ ਕੰਡੀਸ਼ਨ ਕੀ ਆ ਕੰਡੀਸ਼ਨ ਬੜੀ ਬੁਰੀ ਹੈ ਇਸ ਟਾਈਮ ਤੇ ਲੇਕਿਨ ਠੀਕ ਹੈ ਹਨੇਰਾ ਹੋ ਗਿਆ ਥੋੜਾ ਹਾਂ ਬਾਕੀ ਹੌਲੀ ਹੌਲੀ ਚੱਲੀ ਜਾਂਦੇ ਰੱਬ ਦਾ ਨਾਂ ਲੈ ਕੇ ਦੇਖਦੇ ਹਾਂ ਅੱਗੇ ਕੀ ਬਣਦਾ ਆ 7:45 ਹੋ ਗਏ ਆ 40 ਮਿੰਟ ਹੋ ਗਿਆ ਜੀ ਆ ਭਾਜੀ ਹੁਣੀ ਵੀ ਆਪਣੇ ਅੰਮ੍ਰਿਤਸਰ ਤੋਂ ਆਉਣਾ ਭਾਜੀ ਉਹ ਭਾਜੀ ਹੁਣਾਂ ਦੇ ਨਾਲ ਹੀ ਆ ਜਿਹੜੇ ਆਪਣੇ ਪਹਿਲਾਂ ਗਏ ਆ ਤੇ ਆਪਾਂ ਸ਼ਿਵ ਘਰਾਟ ਪਹੁੰਚ ਗਏ ਹਾਂ ਲਾਈਟ ਬਹੁਤ ਅੱਖਾਂ 'ਚ ਪੈ ਰਹੀ ਆ ਉਹ ਅੱਗੇ ਮੋਹਰੇ ਦੀਦਾ ਨਹੀਂ ਖੜ ਕੇ ਨਾ ਰਹਿ ਜਾਈਏ ਸ਼ਿਵ ਘਰਾਟ ਮਤਲਬ ਕਿ ਪਾਣੀ ਵਾਲੀ ਚੱਕੀ ਕਹਿੰਦੇ ਪੱਥਰ ਨੂੰ ਕੰਨ ਲਾ ਕੇ ਸੁਣੋ ਤਾਂ ਚੱਕੀ ਦੀ ਆਵਾਜ਼ ਸੁਣਦੀ ਆ ਪਰ ਮੈਨੂੰ ਸੁਣੀ ਨਹੀਂ ਉੱਪਰ ਆ ਉਹ